ਅਸਲੇ ਦੀ ਵੀਡੀਓ ਬਣਾ ਕੇ ਇੰਸਟਾਗ੍ਰਾਮ 'ਤੇ ਪਾਉਣ ਵਾਲੇ ਦੋ ਨੌਜਵਾਨਾਂ ਨੂੰ ਕੀਤਾ ਗਿਆ ਬਠਿੰਡਾ ਦੀ ਕਪਾਹ ਮੰਡੀ ਤੋਂ ਗ੍ਰਿਫਤਾਰ ਕੀਤੇ ਗਏ। ਬੰਦ ਹਵਾਲਾਤ ਥਾਣਾ ਕਤਵਾਦੀ ਵਿਖੇ ਕੀਤਾ ਗਿਆ ਮਾਮਲਾ ਦਰਜ। ਸ਼ੁੱਕਰਵਾਰ 11:30 ਦੇ ਲਗਭਗ SP D ਅਜੇ ਗਾਂਧੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਿਅਕਤੀਆਂ ਵੱਲੋਂ ਅਸਲੇ ਦੀ ਵੀਡੀਓ ਬਣਾ ਕੇ ਇੰਸਟਾਗ੍ਰਾਮ ID ਦੇ ਉੱਤੇ ਪਾਈ ਸੀ, ਜਿਨ੍ਹਾਂ 'ਤੇ ਕਾਰਵਾਈ ਕਰਦੇ ਹੋਏ CIA ਵਣ ਦੀ ਪੁਲਿਸ ਪਾਰਟੀ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਕਰਕੇ ਅਸਲੇ ਸਮੇਤਰਾਂ ਨੂੰ ਬੰਦ ਹਵਾਲਾਤ ਕੀਤਾ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਅਸਲਾ ਇਹਨਾਂ ਦਾ ਨਹੀਂ ਸੀ, ਅਸਲਾ ਕਿਸੇ ਹੋਰ ਵਿਅਕਤੀ ਦਾ ਸੀ, ਲੇਕਿਨ ਇਹਨਾਂ ਨੇ ਉਸ ਅਸਲੇ ਦੇ ਨਾਲ ਵੀਡੀਓ ਬਣਾਈ ਅਤੇ ਇੰਸਟਾਗ੍ਰਾਮ ਦੇ ਉੱਤੇ ਪਾ ਦਿੱਤੀ, ਜਿਸ ਨੂੰ ਲੈ ਕੇ ਕਾਰਵਾਈ ਕਰਦੇ ਹੋਏ ਦੋ ਨੂੰ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਕਰਕੇ ਅਸਲੇ ਸਮੇਤ ਗ੍ਰਿਫਤਾਰ ਕੀਤਾ ਅਤੇ ਬੰਦ ਹਵਾਲਾਤ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਐਲਾਨ ਕੀਤਾ ਗਿਆ ਸੀ ਕਿ ਕੋਈ ਵੀ ਵਿਅਕਤੀ ਆਪਣੇ ਵਹੀਕਲ ਦੇ ਉੱਤੇ ਵੀ ਅਸਲੇ ਨੂੰ ਆਪਣਾ ਨਹੀਂ ਪ੍ਰਮੋਟ ਕਰੇਗਾ, ਅਤੇ ਪਿਛਲੇ ਦਿਨੀ ਵੀ ਬਠਿੰਡਾ ਪੁਲਿਸ ਵੱਲੋਂ ਕਾਫੀ ਸਾਰੇ ਲੋਕਾਂ ਦੇ ਉੱਤੇ, ਇਸ ਤਰ੍ਹਾਂ ਦੇ ਲੋਕਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ, ਜਿਹੜੇ ਵਿਅਕਤੀਆਂ ਵੱਲੋਂ ਅਸਲਾ ਲਹਿਰਾਉਂਦੇ ਹੋਏ ਵੀਡੀਓ ਜਾਰੀ ਕੀਤੀਆਂ ਸੀ ਅਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਹੁਣ ਵੀ ਇਸ ਮਾਮਲੇ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ ਕੁਝ ਵਿਅਕਤੀਆਂ ਵੱਲੋਂ ਕਿਸੇ ਹੋਰ ਵਿਅਕਤੀ ਦਾ ਅਸਲੇ ਦੇ ਨਾਲ ਉਹਨਾਂ ਵੱਲੋਂ ਪਹਿਲਾਂ ਵੀਡੀਓ ਬਣਾਈ ਗਈ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਆਪਣੇ ਇੰਸਟਾਗ੍ਰਾਮ ਪੇਜ ਦੇ ਉੱਤੇ ਉਹਨਾਂ ਵੱਲੋਂ ਲੋਡ ਕਰ ਦਿੱਤੀ ਗਈ, ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਬਠਿੰਡਾ ਦੀ CIA ਟੀਮ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਆਓ ਸੁਣੋ ਸੁਣਦੇ ਕੀ ਕਹਿੰਦੇ SPD ਅਜੇ ਗਾਂਧੀ। ਥੋੜ੍ਹੇ ਟਾਈਮ ਪਹਿਲਾਂ ਸਾਡੇ ਕੋਲ ਇੱਕ ਵੀਡੀਓ ਆਈ ਸੀ ਇੰਸਟਾਗ੍ਰਾਮ 'ਤੇ, ਕਿਸੇ ਨੇ ਸਟੋਰੀ ਪਾਈ ਸੀ, ਉਹਦੇ ਵਿੱਚ ਉਹ ਵੈਪਨ ਡਿਸਪਲੇ ਕਰਨ ਡਿਆ ਸੀ ਅਤੇ DC ਸਾਹਿਬ ਵੱਲੋਂ ਆਰਡਰ ਵੀ ਜਾਰੀ ਕੀਤਾ ਹੋਇਆ ਕਿ ਸੋਸ਼ਲ ਮੀਡੀਆ 'ਤੇ ਵੈਪਨ ਜਿਹੜਾ ਉਹ ਡਿਸਪਲੇ ਨਹੀਂ ਕਰਨਾ ਕਿਸੇ ਵੀ ਹਾਲਤ ਦੇ ਵਿੱਚ, ਅਤੇ ਉਸ ਸੰਬੰਧੀ ਦੋ ਜਿਹੜੇ ਅਕਿਊਜ਼ਡ ਨੇ ਉਹਨਾਂ 'ਤੇ FIR ਰਜਿਸਟਰ ਕੀਤੀ ਗਈ ਹੈ CIA ਸਟਾਫ ਵੱਲੋਂ, ਅਤੇ ਵੈਪਨ ਜਿਹੜਾ ਹੈ ਉਹ ਵੀ ਬਰਾਮਦ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ, ਦੋ ਅਰੈਸਟ ਕੀਤੇ ਗਏ ਨੇ ਇਹਦੇ ਵਿੱਚ। ਵੈਪਨ ਉਹਨਾਂ ਦੇ ਆਪਣੇ ਸੀਗੇ ਜਾਂ ਕਿਸੇ ਦੇ ਹੋਰ ਸੀਗੇ? ਲਾਇਸੈਂਸਡ ਵੈਪਨ ਸੀ ਪਰ ਉਹ ਉਹਨਾਂ ਦੇ ਆਪ ਦੇ ਨਾਂ ਤੇ ਨਹੀਂ ਸੀ, ਉਹ ਕਿਸੇ ਹੋਰ ਦਾ ਵੈਪਨ ਲੈ ਕੇ ਉਹਨਾਂ ਨੇ ਇਦਾਂ ਦੀ ਸਟੋਰੀ ਜਿਹੜੀ ਹੈ ਇੰਸਟਾਗ੍ਰਾਮ ਤੇ ਅਪਲੋਡ ਕੀਤੀ ਸੀ। ਹਾਂਜੀ, ਇਹਨਾਂ ਦੋਵਾਂ ਚੋਂ ਇੱਕ ਤੇ ਪਹਿਲਾਂ ਲੜਾਈ ਝਗੜੇ ਦੇ FIR ਰਜਿਸਟਰ ਹੈ। ਜਿਹੜੇ ਵਿਅਕਤੀ ਵੈਪਨ ਸੀਗਾ ਉਸ ਤੇ ਵੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ? ਉਹ ਸਾਰਾ ਹਜੇ ਅਸੀਂ ਇਨਵੈਸਟੀਗੇਟ ਕਰਨ ਰਹੇ ਹਾਂ, ਉਹਦਾ ਰੋਲ ਕੀ ਹੈ, ਕੌਣ ਉਹ ਬੰਦਾ ਹੈਗਾ। ਵੈਪਨ ਇਹਨਾਂ ਦੇ ਕੋਲ ਉਹ ਮਿਲ ਗਿਆ ਸੀ ਪਰ ਜਿਹੜੇ ਬੰਦੇ ਦੇ ਨਾਂ ਤੇ ਲਾਇਸੈਂਸ ਹੈਗਾ ਉਹ ਸਾਰਾ ਅਸੀਂ ਹੁਣ ਵੈਰੀਫਾਈ ਕਰਨ ਰਹੇ ਹਾਂ, ਉਹ ਇਨਵੈਸਟੀਗੇਸ਼ਨ ਸਾਡੀ ਚੱਲਦੀ ਪਈ। ਕਿਹੜੀ ਜਗ੍ਹਾ ਤੋਂ ਗ੍ਰਿਫਤਾਰ ਕੀਤਾ? ਕੋਤਵਾਲੀ ਥਾਣੇ ਦੇ ਏਰੀਆ 'ਚੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਸ ਤਰ੍ਹਾਂ ਵੈਪਨ ਦੇ ਸਕਦਾ ਇੱਕ ਦੂਸਰੇ ਨੂੰ? ਉਹ ਚੀਜ਼ ਵੀ ਹਜੇ ਵੈਰੀਫਾਈ ਕਰਨ ਵਾਲੀ ਹੈਗੀ ਹੈ, ਇਹਨਾਂ ਨੇ ਕਿੱਦਾਂ ਵੈਪਨ ਕਿਸ ਕੰਡੀਸ਼ਨ 'ਚ ਉਸ ਬੰਦੇ ਤੋਂ ਲਿਆ ਹੈ, ਕਿਸ ਕਾਰਨ ਲਈ ਲਿਆ, ਉਹ ਸਾਰਾ ਅਸੀਂ ਹੁਣ ਇਨਵੈਸਟੀਗੇਟ ਕਰਨ ਡਿਆ, ਸਾਰਾ ਕੁਝ ਵੈਰੀਫਾਈ ਕਰਕੇ ਤੁਹਾਨੂੰ ਅਸੀਂ ਬਾਅਦ 'ਚ ਦੱਸ। ਨੌਜਵਾਨ ਪੀੜ੍ਹੀ ਨੂੰ ਕੀ ਛੋੜੇਗਾ ਮੈਸੇਜ? ਅਸੀਂ ਆਹੀ ਮੈਸੇਜ ਦੇਣਾ ਚਾਹੁੰਦੇ ਹਾਂ, DC ਸਾਹਿਬ ਵੱਲੋਂ ਵੈਪਨ ਡਿਸਪਲੇ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਹੈ, ਇਹਦੇ ਸੰਬੰਧੀ DC ਸਾਹਿਬ ਵੱਲੋਂ ਆਰਡਰ ਵੀ ਨਿਕਾਲਿਆ ਹੋਇਆ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਵੈਪਨ ਦਾ ਜਿਹੜਾ ਡਿਸਪਲੇ ਉਹ ਨਾ ਕੀਤਾ ਜਾਏ, ਅਤੇ ਇਹ ਤੋਂ ਸਾਨੂੰ ਬਚਣਾ ਚਾਹੀਦਾ ਹੈ।